ਨਸ਼ਾ ਤਸਕਰਾਂ ਤੇ ਕੁਟਾਪਾ ਚਾੜ ਰਹੇ ਨੌਜਵਾਨ ਮੁਕਤਸਰ ਸਾਹਿਬ ਦੇ ਪਿੰਡ ਕੋਤਲੀ ਦੇ ਰਹਿਣ ਵਾਲੇ ਨੇ। ਪੰਜਾਬ ਸਰਕਾਰ ਤਾਂ ਸਿਰਫ ਦਾਅਵਾ ਹੀ ਕਰਦੀ ਰਹੀ ਕਿ ਨਸ਼ਿਆਂ ਖਿਲਾਫ਼ ਮੁਹਿੰਮ ਸ਼ੁਰੂ ਕਰ ਨਸ਼ਾ ਤਸਕਰਾਂ ਤੇ ਕਾਬੂ ਪਾਇਆ ਜਾ ਰਿਹਾ, ਪਰ ਇਸ ਪਿੰਡ ਦੇ ਨੌਜਵਾਨ ਜਾਗਰੂਕ ਹੋ ਚੁੱਕੇ ਨੇ ਤੇ ਉਹ ਖੁਦ ਹੀ ਇਹਨਾਂ ਨਸ਼ਾ ਤਸਕਰਾਂ ਨੂੰ ਸਬਕ ਸਿਖਾਉਣ ਲੱਗ ਪਏ ਨੇ। ਕੱਲ੍ਹ ਅਸੀਂ ਜੀ ਇੱਥੇ ਜਦੋਂ ਦੇਖ ਰਹੇ ਸੀ ਪਿਛਲੇ ਕੁਝ ਦਿਨਾਂ ਤੋਂ, ਅਸੀਂ ਕਿ ਅੱਜ ਤੋਂ 2-3 ਮਹੀਨੇ ਪਹਿਲਾਂ ਇੱਥੇ CI ਜੈਤੋ ਵਾਲਿਆਂ ਨੇ ਕੁਝ ਮੁੰਡੇ ਚੱਕੇ ਸੀਗੇ, ਚਿੱਟਾ ਬਰਾਮਦ ਕੀਤਾ ਸੀ ਉਹਨਾਂ ਤੋਂ ਅਤੇ ਦੂਜੇ ਦਿਨ 2.5 ਲੱਖ ਰੁਪਈਆ ਲੈ ਕੇ ਉਹਨਾਂ ਨੇ ਛੱਡਤੇ ਸੀ ਬੰਦੇ। ਤੋ ਅਸੀਂ ਕੱਲ੍ਹ ਵੀ ਵਾਰਨਿੰਗ ਦਿੱਤੀ ਸਾਰੇ ਪਿੰਡ ਨੇ ਇਕੱਠ ਕਰਕੇ ਕਿ ਅਸੀਂ ਆਪਦੇ ਲੈਵਲ 'ਤੇ ਇਹਨਾਂ ਦੀਆਂ ਲੱਤਾਂ ਤੋੜਾਂਗੇ। ਇਹਨਾਂ ਨੂੰ ਕੱਲ੍ਹ ਅਸੀਂ ਪਿਆਰ ਨਾਲ ਸਮਝਾਇਆ ਸੀ ਵੀ ਤੁਸੀਂ ਬੰਦੇ ਬਣ ਜਾਓ, ਪਿੰਡ 'ਚੋਂ ਇਹ ਗੰਦ ਤੁਸੀਂ ਨਾ ਪਾਓ, ਪਰ ਇਹ ਨਹੀਂ ਸੁਧਰੇ। ਉਹੀ ਬੰਦੇ ਜਿਹੜੇ CI ਨੇ ਛੱਡੇ ਸੀਗੇ, ਅੱਜ ਉਹੀ ਬੰਦੇ ਦੁਬਾਰਾ ਫਿਰ ਚਿੱਟਾ ਪੀਂਦੇ ਚਿੱਟਾ ਵੇਚਦੇ ਸੀ, ਫੜੇ ਇਹਨਾਂ ਯੂਥ ਵਾਲੇ ਆਗੂਆਂ ਨੇ ਅਤੇ ਇੰਨੀ ਤਸੱਲੀ ਕਰਾਈ ਹੈ। ਦਰਅਸਲ ਇਸ ਪਿੰਡ 'ਚ ਚਿੱਟਾ ਖੁੱਲ੍ਹਿਆਂ ਵਿਕ ਰਿਹਾ ਹੈ, ਬਾਵਜੂਦ ਇਸਦੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਅਖੀਰ ਪਿੰਡ ਦੇ ਲੋਕਾਂ ਨੂੰ ਖੁਦ ਹੀ ਅੱਗੇ ਆਉਣਾ ਪਿਆ। ਪ੍ਰਸ਼ਾਸਨ ਤੋਂ ਅਸੀਂ ਬਹੁਤ ਉਮੀਦਾਂ ਰੱਖੀਆਂ ਸੀਗੀਆਂ, ਪਾਣੀ ਸਿਰ ਦੇ ਉੱਤੋਂ ਟੱਪ ਚੁੱਕਿਆ ਸੀਗਾ। ਅੱਜ ਜੋ ਯੂਥ ਨੇ ਕਦਮ ਚੁੱਕਿਆ, ਇਹ 2 ਸਾਲ ਪਹਿਲਾਂ ਹੀ ਚੁੱਕਿਆ ਹੁੰਦਾ ਤਾਂ ਇੱਥੋਂ ਤੱਕ ਅਜੇ ਨੌਬਤ ਨਹੀਂ ਆਉਂਦੀ ਸੀ। ਪਹਿਲਾਂ ਗਿੱਦੜਵਾ ਤੇ ਹੁਣ ਪਿੰਡ ਕੋਤਲੀ ਦੇ ਇਹਨਾਂ ਨੌਜਵਾਨਾਂ ਨੇ ਨਸ਼ਾ ਤਸਕਰਾਂ ਖਿਲਾਫ਼ ਜੰਮ ਕੇ ਭੜਾਸ ਕੱਢੀ। ਹੁਣ ਵੇਖਣਾ ਇਹ ਹੋਵੇਗਾ ਕਿ ਇਹਨਾਂ ਨੌਜਵਾਨਾਂ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਕੀਤੀ ਗਈ ਪਹਿਲਕਦਮੀ ਪੰਜਾਬ ਸਰਕਾਰ ਜਾਂ ਪੁਲਿਸ ਦੀ ਨੀਂਦ ਖੋਲ੍ਹਣ 'ਚ ਕਿੰਨੀ ਕੁ ਕਾਮਯਾਬ ਸਾਬਿਤ ਹੁੰਦੀ ਹੈ। ਮੁਕਤਸਰ ਸਾਹਿਬ ਤੋਂ AS ਸ਼ਾਨ ਦੇ ਨਾਲ ਇੰਡੀਆ ਨਿਊਜ਼ ਪੰਜਾਬ।